ਕਿ ਵੀ ਇਹ ਗੱਲ ਠੀਕ ਆ ਮਤਲਬ ਕੇਵੀ ਪੁਲਿਸ ਨੂੰ ਚਾਹੀਦਾ ਕਿ ਉਹ ਕਿਉਂਕਿ ਕ੍ਰਾਈਮ ਬਹੁਤ ਜ਼ਿਆਦਾ ਵਧ ਗਿਆ ਲੁੱਟਾਂ ਖੋਹਾਂ ਵਾਲੇ ਵੀ ਵਧ ਗਏ ਆ ਇਹਨਾਂ ਨੇ ਗੰਦ ਬਹੁਤ ਪਾ ਰੱਖਿਆ ਗਿਆ ਇਸ ਤਰ੍ਹਾਂ ਦੇ ਕਮੈਂਟ ਆ ਵੇਖੋ ਇਹ ਇਹ ਗੱਲ ਮੈਂ ਕਹਿੰਦਾ ਸੀਗਾ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਹਾਂਜੀ ਇਹ ਜਿਹੜੇ ਇਸ ਤਰ੍ਹਾਂ ਦੇ ਤਤ ਨੇ ਕਿ ਭਾਈ ਆਪਣਾ ਸੰਭਲ ਜੋ ਤੁਸੀਂ ਜੀ ਅਖੀਰ ਲੋਕਾਂ ਨੇ ਹੀ ਕਹਿਣਾ ਕਿ ਚੱਕ ਦਿਓ ਕੰਮ ਜੀ ਤੇ ਤਦੇ ਹੁਣ ਦੇਖੋ ਗੱਲ ਕੀ ਆ ਕਿ ਸਰਕਾਰਾਂ ਦੇ ਕੋਲ ਖੁਫੀਆ ਰਿਪੋਰਟਾਂ ਹੁੰਦੀਆਂ ਨੇ ਜੀ ਸਰਕਾਰਾਂ ਦੇ ਕੋਲ ਫੀਡਬੈਕ ਹੁੰਦੀ ਆ ਜੀ ਉਹਨਾਂ ਨੂੰ ਲੱਗਿਆ ਕਿ ਲੋਕ ਯਾਰ ਵਿਰੋਧ ਨਹੀਂ ਕਰਨਗੇ ਤੇ ਹੋ ਵੀ ਨਹੀਂ ਰਿਹਾ ਤੁਸੀਂ ਦੇਖੋ ਨਹੀਂ ਤਾਂ ਇੱਥੇ ਮਾੜਾ ਜਾਂ ਕਿਸੇ ਦੇ ਫਾਇਰ ਵੱਜ ਜਾਂਦਾ ਸੀਗਾ ਨਾ ਪੁਲਿਸ ਕੋਲੋਂ ਤੇ ਇੱਥੇ ਐਸੀ ਤਸੀਹੇ ਫਿਰ ਜਾਂਦੀ ਸੀ ਫੇਸਬੁੱਕ ਤੇ ਜੀ ਲੋਕੋ ਇੱਕ ਵੇਲੇ ਸੀ ਬਸ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਜੀ ਪੁਲਿਸ ਨੇ ਕਰ ਦਿੱਤਾ ਉਹ ਕਰ ਦਿੱਤਾ ਪਰ ਬਾਹਰਲੇ ਬੈਠੇ ਤੇ ਹੁਣ ਜੋ ਮਰਜ਼ੀ ਕਹੀ ਜਾਣ ਪਰ ਇੱਥੇ ਬੈਠਿਆਂ ਨੂੰ ਪਤਾ ਹੈ ਨਾ ਕਿ ਹਾਲਾਤ ਇਹ ਹੋ ਗਏ ਨੇ ਕਿ ਅੱਜ ਇੱਕ ਸਿੰਗਰ ਦਾ ਕਾਤਲ ਫੜਿਆ 50 ਸਾਲੀ ਜੀ ਉਹਨੇ ਪੰਜ ਗੋਲੀਆਂ ਇਸੇ ਕਰਕੇ ਮਾਰੀਆਂ ਗੱਡੀ ਖੋ ਕੇ ਲੈ ਜਾਣੀ ਸੀ ਦੱਸੋ ਇੱਕ ਤੇ ਗੱਡੀ ਤੁਹਾਡੀ ਆ ਤੁਹਾਨੂੰ ਖੋਹ ਕਰਨ ਵਾਲਾ ਪੈ ਗਿਆ ਚਾਹੇ ਉਹ ਹਾਈਵੇ ਰੋਬਰ ਆ ਚਾਹੇ ਕੋਈ ਆ ਜੀ ਉਲਟਾ ਤੁਸੀਂ ਜਾਣ ਤੋਂ ਵੀ ਗਿਆ ਜੀ ਕਿੰਨੀਆਂ ਗੱਡੀਆਂ ਖੋਈਆਂ ਜਾਂਦੀਆਂ ਕਿੰਨਿਆਂ ਦੇ ਕਾਰੋਬਾਰ ਜਿਹੜੇ ਆ ਘਰ ਜਿਹੜੇ ਤਬਾਹ ਹੋ ਜਾਂਦੇ ਆ ਸੋ ਇਹ ਗੱਲ ਮੈਂ ਬਿਲਕੁਲ ਮੰਨਦਾ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਤੇ ਅਸੀਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਇਹਨਾਂ ਨੂੰ ਕਿ ਭਾਈ ਆਪਦਾ ਸੋਚ ਕੇ ਵਿਚਾਰ ਕੇ ਅੱਗੇ ਵਧੋ ਮਾਹੌਲ ਜਿਹੜਾ ਤੁਹਾਡੇ ਉਲਟ ਹੋ ਰਿਹਾ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੀ ਹਤਿਆ ਤੋਂ ਬਾਅਦ ਤੇ ਬਹੁਤ ਜ਼ਿਆਦਾ ਲੋਕਾਂ ਨੇ ਨਾ ਸੋਚਣਾ ਸ਼ੁਰੂ ਕਰ ਦਿੱਤਾ ਜੀ 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 ਬਿਲਕੁਲ ਬਿਲਕੁਲ ਜੀ ਤਾਂ ਇਹਦੇ ਨਾਲ ਮੈਂ ਇਧਰਲੇ ਪਾਸਿਓਂ ਮਿੰਟੂ ਚ ਕੋਹਰ ਕਮੈਂਟ ਹੈ ਜਿਹੜੇ ਉਹ ਵੀ ਦੇਖ ਲੈਣਾ ਜੀ ਹਾਂਜੀ ਉਧਰਲੇ ਪਾਸੇ ਤਾਂ ਕੱਲੀਆਂ ਗੋਲੀਆਂ ਹੀ ਵਜੀਆਂ ਸੀ ਲੱਤ 'ਚ ਮਾਰ ਕੇ ਇਧਰ ਵੀ ਮਾਨਸਾਂ ਵਾਲੇ ਪਾਸੇ ਵੀ ਗੋਲੀਆਂ ਹੀ ਵਜੀਆਂ ਲੱਤ 'ਚ ਵਿੱਚ ਹੀ ਗੋਲੀ ਮਾਰੀ ਸੀ ਇੱਕ ਪੈਰ ਦੇ ਉੱਤੇ ਗੋਲੀ ਵਜੀ ਸੀ ਤੇ ਇਧਰੋਂ ਹਰਮੇਸ਼ ਸਿੰਘ ਗਿੱਲ ਤਾ ਰੋ ਧੰਨਵਾਦ ਤੁਹਾਡਾ ਜੀ ਕਨੇਕੇ ਜੀ ਪੰਜਾਬ ਦੇ ਵਿੱਚ ਹੱਤ ਵੀ ਬਹੁਤ ਚੱਕੀ ਹੋਈ ਸੀ ਇਹਨਾਂ ਨੇ ਦੇਖ ਲਓ ਹੁਣੇ ਸਰਕਾਰ ਦੀ ਸਪੋਰਟ ਕਰ ਰਹੇ ਆ ਕਿਨੇ ਉਹੀ ਆ ਨਾ ਕਿ ਇੱਕ ਜੇ ਵਿਰੋਧ ਕਰੂਗਾ ਸਰਕਾਰ ਦਾ ਤੇ ਦੱਸ ਨੇ ਸਪੋਰਟ ਕਰਨੀ ਆ ਕਿ ਭਾਈ ਇੱਥੇ ਤੇ ਗੋਲੀ ਹਰ ਇੱਕ ਥਾਂ ਤੇ ਚੱਲ ਜਾਂਦੀ ਆ ਬਾਜ਼ਾਰ ਬੰਦ ਤੁਸੀਂ ਵੇਖੋ ਮੈਂ ਐਡਾ ਵੱਡਾ ਹੋ ਗਿਆ ਐਡਾ ਵੱਡਾ ਤਵਾ ਆਵੇ ਕਿ ਉਮਰ ਦੇ ਹਿਸਾਬ ਨਾਲ ਵੱਡਾ ਨਹੀਂ ਹੋ ਉਦਾਂ ਨਹੀਂ ਮੈਂ ਹੋ ਗਿਆ ਕਿ ਭਾਈ ਪਹਿਲੀ ਵਾਰੀ ਮੈਂ ਆਪਣੀ ਸੰਭਾਲਾ ਚ ਆਪਣੀ ਜ਼ਿੰਦਗੀ ਚ ਇਹ ਵੇਖਿਆ ਕਿ ਇੱਕ ਸ਼ਹਿਰ ਦਾ ਬਾਜ਼ਾਰ ਜਿਹੜਾ ਹੈ ਉਹ ਬੰਦ ਹੋ ਜਾਂਦਾ ਦੁਕਾਨਦਾਰ ਚਾਬੀਆਂ ਲਿਜਾ ਕੇ ਥਾਣੇਦਾਰ ਨੂੰ ਫੜਾ ਦਿੰਦੇ ਆ ਕਿ ਅਸੀਂ ਨਹੀਂ ਖੋਲਣਾ ਤੁਸੀਂ ਖੋਲੋ ਦੁਕਾਨਾ ਹਾਂਜੀ ਕਿਉਂ ਕਾਰਨ ਇਹ ਹੈ ਕਿ ਹਾਂਜੀ ਕਾਰਨ ਇਹ ਆ ਕਿਉਂਕਿ ਸਾਰੇ ਦੁਕਾਨਦਾਰਾਂ ਨੂੰ ਜ਼ਿਆਦਾਤਰ ਫੋਨ ਕਾਲਸ ਆ ਰਹੀਆਂ ਨੇ ਕਿ ਸਾਨੂੰ ਸਾਨੂੰ ਰੰਗ ਦਿਓ ਤੇ ਪਹਿਲੀ ਵਾਰੀ ਐਸਾ ਹੋਇਆ ਚਲੋ ਇੱਕ ਬੰਦੇ ਦੇ ਬੰਦੇ ਨੂੰ ਕਿਤੇ ਆਉਂਦੀ ਆ ਤਾਂ ਕਿ ਪਰ ਪਹਿਲੀ ਵਾਰੀ ਹੋਇਆ ਕਿ ਸਾਰੇ ਸ਼ਹਿਰ ਦਾ ਬਾਜ਼ਾਰ ਬੰਦ ਹੋ ਕੇ ਜਿਹੜੀਆਂ ਚਾਬੇ ਚਾਬੀਆਂ ਸੀ ਤਾਲਿਆਂ ਦੀਆਂ ਉਹ ਕੈ ਲੋਕੇ ਐਸਐਚਓ ਦੇ ਦਫਤਰ ਚ ਚਲੇ ਗੀਆਂ ਕਿ ਜਨਾਬ ਤੁਸੀਂ ਖੋਲੋ ਅਸੀਂ ਨਹੀਂ ਖੋਲ ਸਕਦੇ ਦੁਕਾਨਾਂ ਇਸ ਹਾਲਾਚ ਹਾਂਜੀ ਬਿਲਕੁਲ ਬਿਲਕੁਲ ਜੀ ਇਧਰਲੇ ਪਾਸੇ ਗੁਰਪ੍ਰੀਤ ਕੌਰ ਜੀ ਕਹਿੰਨੇ ਕਿ ਨਰੇਟਿਵ ਵੀ ਇਹੋ ਜਿਹਾ ਇਹਨਾਂ ਨਹੀਂ ਸਿਰਜਿਆ ਜੀ ਹੁਣ ਆਪਣਾ ਕਹੀ ਜਾਣੇ ਹੈ ਕਿ ਇਹ ਜਿਸ ਤਰ੍ਹਾਂ ਦੇ ਨਾਲ ਇਕ ਵੀਰੇ ਕਹਿੰਨੇ ਕਿ ਭਾਈ ਇਹ ਥਿਉਰੀ ਗਲਤ ਹੈ ਜੀ ਪੁਲਿਸ ਦੀ ਜਿਹੜੀ ਥਿਉਰੀ ਦੇ ਉੱਤੇ ਕੋਈ ਯਕੀਨ ਨਹੀਂ ਕਰੂਗਾ ਜਿਹੜੀ ਥਿਉਰੀ ਜਿਹੜੀ ਦਿੱਤੀ ਜਾ ਰਹੀ ਬਿਲਕੁਲ ਇਸ ਕਹਾਣੀ ਤੇ ਸ਼ੱਕ ਤੇ ਹੈਗਾ ਡਾਊਟ ਹੈ ਹਾਂਜੀ ਹਾਂਜੀ ਤੇ ਉਹੀ ਹੈ ਨਾ ਕਿ ਮਾਨ ਸਾਹਿਬ ਨੂੰ ਇਹ ਜ਼ਰੂਰ ਅਦਾਇਤ ਕਰਨੀ ਚਾਹੀਦੀ ਆ ਕਿ ਜਿੱਥੇ ਜ਼ਰੂਰੀ ਹੈ ਇ ਜਿੱਥੇ ਬਣਦਾ ਜਿੱਥੇ ਤੁਹਾਨੂੰ ਅੱਗੋਂ ਗੋਲੀ ਵੱਜ ਰਹੀ ਆ ਗੋਲੀ ਜਾਂ ਖਤਰਾ ਕੋਈ ਆਪਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਤੁਹਾਨੂੰ ਮਾਰਨ ਤੇ ਉਤਾਰੂ ਹੈ ਉੱਥੇ ਤੁਸੀਂ ਕਰ ਸਕਦੇ ਹੋ ਉਹ ਵੀ ਕੋਸ਼ਿਸ਼ ਕਰੋ ਹਵਾਈ ਫੇਰ ਆ ਜਾਂ ਠੀਕ ਆ ਜੀ ਮਤਲਬ ਕਿ ਇੱਥੇ ਥੱਲੇ ਪੱਟ ਤੋਂ ਥੱਲੇ ਮਾਰ ਲਓ ਉਹ ਠੀਕ ਆ ਪਰ ਬਿਨਾ ਗੱਲ ਤੋਂ ਐਵੇਂ ਸਰਕਾਰ ਦੀ ਖੁਸ਼ਨੂਦੀ ਹਾਸਲ ਕਰਨ ਵਾਸਤੇ ਨਾ ਨਾ ਇਦਾਂ ਚੁੱਕ ਚੁੱਕ ਕੇ ਉਕੀ ਜਾਣ ਜੀ ਹੁਣ ਇੱਕ ਹੋਰ ਵੀ ਆ ਕਿ ਚਾਹੇ ਕੋਈ ਬਦਮਾਸ਼ ਆ ਲੁਟੇਰਾ ਆ ਚੋਰ ਆ ਉਹਨੂੰ ਸ਼ਬਦ ਦੇ ਦਿੱਤਾ ਜਾਂਦਾ ਗੈਂਗਸਟਰ ਆ ਜੀ ਹਾਂ ਇੱਕੋ ਇੱਕ ਚੀਜ਼ ਹੀ ਆ ਬਸ ਹੁਣ ਕਈਆਂ ਤੇ ਲੁੱਟਾਂ ਤੇ 10 5 7 ਕਿਸ ਹੋ ਸਕਦੇ ਆ ਜੀ ਤੇ ਉਹ ਕਹਿਆ ਉਹਨਾਂ ਨੂੰ ਵੀ ਉਸੇ ਹੁਣ ਜਦੋਂ ਤੁਸੀਂ ਗੈਂਗਸਟਰ ਇਹ ਜਿਹੜੇ ਮੇਨਸਟ੍ਰੀਮ ਮੀਡੀਆ ਵਾਲੇ ਆ ਜਦੋਂ ਇਹ ਗੈਂਗਸਟਰ ਸ਼ਬਦ ਇਸਤੇਮਾਲ ਕਰਦੇ ਨੇ ਤਾਂ ਉਦੋਂ ਜਿਹੜਾ ਉਹਨਾਂ ਨੂੰ ਵੇਖ ਰਿਹਾ ਬੰਦਾ ਹੁੰਦਾ ਤਾਂ ਉਹ ਉਹਦੀ ਜ਼ਹਿਨ ਦੇ ਵਿੱਚ ਜਿਹੜੀ ਸ਼ਬੀ ਬਣਦੀ ਆ ਉਹ ਲੌਰੈਂਸ ਬਿਸ਼ਨੋਈ 골ਡੀ ਬਰਾੜ ਬੰਬੀਹਾ ਉਹ ਜਿਹੜੇ ਬੰਦੇ ਉਸ ਕੈਟਾਗਰੀ ਦੀ ਉਹ ਵੇਖੇਗਾ ਕਿ ਇਹ ਵੀ ਉਹੀ ਨੇ ਜੀ ਪਰ ਹੋ ਸਕਦਾ ਕੋ ਉਹਨੇ ਖੋਹਾਂ ਕੀਤੀਆਂ ਹੁਣ ਸਨੇਚਿੰਗ ਕੀਤੀ ਹੋਵੇ ਜਾਂ ਕਹਿ ਲੋ ਕਿ ਜ਼ਿਆਦਾ ਚੋਰੀਆਂ ਚਕਾਰੀਆਂ ਕੀਤੀਆਂ ਹੋਣ ਜੀ ਪਰ ਜੇ ਉਹਨੂੰ ਗੈਂਗਸਟਰ ਸ਼ਬਦ ਨਾਲ ਹੀ ਸੰਬੋਧਨ ਕਰੋਗੇ ਤਾਂ ਲੋਕਾਂ 'ਚ ਉਹ ਸ਼ਬੀ ਬਣੇਗੀ ਬਣੇਗੀ ਉਹ ਜੀ 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 ਬਿਲਕੁਲ ਗਲ ਤੁਹਾਡੀ ਦਰੁਸਤ ਹੈ ਜੀ ਇਧਰੋਂ ਆਪਣਾ ਸਾਬ ਗੱਲੋਂ ਕਰੇ ਜੀ ਕਿ ਦੇਖੋ ਯੋਗੀ ਵੇਲੇ ਲੋਕ ਖੁਸ਼ ਸੀਗੇ ਤੇ ਹੁਣ ਇਧਰਲੇ ਪਿਲੇ ਪੰਜਾਬ ਵੇਲੇ ਕਿਉਂ ਕਹਿੰਦੇ ਕਿ ਵੀ ਗਲਤ ਹੈ ਨਹੀਂ ਭਾਈ ਇਹ ਚਲੋ ਸਵਾਲ ਤਾਂ ਪੈਦਾ ਹੁੰਦੇ ਜਸਵੀਰ ਜੀ ਕਹਰੇ ਜੀ ਇਹਦੇ ਨਾਲ ਜਿਹੜੇ ਨਵੇਂ ਉੱਠਦੇ ਇਸ ਕੰਮ ਚ ਪੈਂਦੇ ਆ ਜਾਂ ਕਰਾਏ ਪੈਂਦੇ ਆ ਉਹਨਾਂ ਨੂੰ ਚਾਹੀਦਾ ਕਿ ਬਈ ਵੀ ਛੱਡ ਦੇਣ ਟਾਈਮ ਦੇ ਨਾਲ ਹੀ ਇਹ ਸਟੇ ਮੈਚ ਚ ਚਲੇ ਜਾਏਗਾ ਠੀਕ ਹੈ ਲਾਅ ਐਂਡ ਆਰਡਰ ਮੈਂ ਅੱਗੇ ਕਿਹਾ ਉਹ ਵਿਖਣਾ ਆਪਣਾ ਕੰਮ ਨਹੀਂ ਹੈਗਾ ਜੀ ਜੀ हां जे कोई फेक ਹੋਏਗਾ غلط ਹੋਏਗਾ ਉਹਦਾ ਆਪਾਂ ਖੰਡਨ ਕਰ ਸਕਦੇ ਹਾਂ ਉਹਦੀ ਆਪਾਂ ਨਖੇਦੀ ਕਰ ਸਕਦੇ ਹਾਂ ਉਹਦੀ ਵਿਰੋਧਤਾ ਕਰਾਂਗੇ ਵੀ ਹਾਂਜੀ ਠੋਕੇ ਕਰਾਂਗੇ ਮੈਂ ਤੇ ਕਰੂੰਗਾ ਕਟੂ ਕਟ ਜੀ ਚਾਹੇ ਕੋਈ ਵੀ ਆ ਪਰ ਦੂਜੀ ਗੱਲ ਇਹ ਆ ਕਿ ਦੇਖੋ ਮਸਲਾ ਜਿਹੜਾ ਹੈ ਉਹ ਇਹ ਆ ਕਿ ਆਪਾਂ ਜਿਹੜੀ ਗੱਲ ਕਰਦੇ ਪਏ ਹਾਂ ਲਾਅ ਐਂਡ ਆਰਡਰ ਵੇਖਣਾ ਉਹਨਾਂ ਦਾ ਆਪਣਾ ਵਿਸ਼ਾ ਹੈ ਪਰ ਜਿਹੜੀ ਪੀੜੀ ਤਿਆਰ ਹੋ ਕੇ ਆਉਣੀ ਅੱਗੇ ਸਾਨੂੰ ਉਹਨੂੰ ਸੰਭਾਲਣ ਵਾਸਤੇ ਉਹਦੇ ਕੈਰੈਕਟਰ ਨੂੰ ਉਹਦੇ ਕਿਰਦਾਰ ਨੂੰ ਘੜਨ ਵਾਸਤੇ ਬਿਲਕੁਲ ਉਪਰਾਲੇ ਕਰਨ ਦੀ ਜ਼ਰੂਰਤ ਆ ਜੀ ਮੈਂ ਇਸ ਗੱਲ ਤੇ ਨਾਲ ਸਹਿਮਤ ਆ ਮਤਫਿਕ ਆ ਕਿ ਸਾਨੂੰ ਉਹਨਾਂ ਨੂੰ ਬਚਾਉਣਾ ਵੀ ਚਾਹੀਦਾ ਚਾਹੇ ਉਹ ਡਰਾਗ ਹੋਵੇ ਗੈਂਗイズਮ ਹੋਵੇ ਚਾਹੇ ਜ਼ਿੰਦਗੀ ਦਾ ਆਪਣਾ ਮੈਂ ਕਦੇ-ਕਦੇ ਸੋਚਦਾ ਕਿ ਯਾਰ ਦੇਖੋ ਇਹਨਾਂ ਚੀਜ਼ਾਂ ਤੇ ਨਾ ਸਾਡਾ ਮੀਡੀਆ ਨੇ ਬਹੁਤ ਧਿਆਨ ਲਾਇਆ ਹੋਇਆ ਹੈ ਤਿੰਨ ਚਾਰ ਚੀਜ਼ਾਂ ਨੇ ਸ਼ਾਇਦ ਮਤਲਬ ਕਿ ਪਤਾ ਨਹੀਂ ਕਿਉਂ ਮੇਰੇ ਹਿੱਸੇ ਆਈਆਂ ਮੈਂ ਇਕੱਲਾ ਹੀ ਕਲਪਦਾ ਰਹਿਣਾ ਚਾਹੇ ਪੁਲਿਸ ਰਿਫਾਰਮ ਹੋਣ ਚਾਹੇ ਕੁਝ ਹੋਰ ਚੀਜ਼ਾਂ ਹੋਣ ਮੈਂ ਕਹਿੰਨਾ ਕਿ ਬਹੁਤ ਸਾਰੇ ਸਾਡੇ ਬੱਚੇ ਜਾਂ ਲੋਕ ਐਸੇ ਨੇ ਜਿਹੜੇ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਪੈ ਕੇ ਮਰ ਰਹੇ ਨੇ ਮਰ ਰਹੇ ਨੇ ਮੰंजे ਤੇ ਜੁੜ ਰਹੇ ਨੇ ਜੀ ਜਾ ਕਲੋ ਕਿ ਆਤਮ ਘਾਤੀ ਬਣੇ ਹਲੇ ਤੁਰੇ ਫਿਰਦੇ ਨੇ ਪਰ ਕੱਲ ਨੂੰ ਪਤਾ ਨਹੀਂ ਉਹਨਾਂ ਨੇ ਕਿਨੂੰ ਲੈਡੂ ਬਣਾ ਜਾਂ ਆਪ ਚਲੇ ਜਾਣਗੇ ਜੀ ਮਤਲਬ ਕੋ ਉਹ ਚੀਜ਼ਾਂ ਵੀ ਕਿ ਦੇਖੋ ਜ਼ਿੰਦਗੀ ਦੀ ਇਸ ਸੜਕ ਤੇ ਆਲਵੇਸ ਤੁਹਾਨੂੰ ਗ੍ਰੀਨ ਸਿਗਨਲ ਨਹੀਂ ਮਿਲਣਾ ਨਹੀਂ ਮਿਲੇਗਾ ਡਰੱਗ ਤੋਂ ਇਲਾਵਾ ਗੈਂਗਿਸਮ ਤੋਂ ਇਲਾਵਾ ਸਾਨੂੰ ਬੱਚਿਆਂ ਨੂੰ ਇਹ ਵੀ ਦੱਸਣਾ ਪਊਗਾ ਜੀ ਕਿ ਇਸ ਜ਼ਿੰਦਗੀ ਦੀ ਸੜਕ ਤੇ ਹਮੇਸ਼ਾ ਸਿਗਨਲ ਗ੍ਰੀਨ ਰਵੇ ਐਸਾ ਤੁਸੀਂ ਵਾਦਾਤੇ ਤੋਂ ਲੇਖ ਲਿਖਾ ਕੇ ਨਹੀਂ ਲਿਆਏ ਸਿਗਨਲ ਰੈੱਡ ਵੀ ਆਉਣੇ ਆ ਖੱਡੇ ਵੀ ਆਉਣੇ ਆ ਬਥੇਰਾ ਕੁਝ ਹੋਣਾ ਜੀ ਉਹਦੇ ਵਾਸਤੇ ਵੀ ਤਿਆਰ ਕਰਨ ਦੀ ਜ਼ਰੂਰਤ ਹੈ ਸਾਨੂੰ ਹਾਂਜੀ ਕਿ ਬੱਚਾ ਜਿਹੜਾ ਉਹ ਔਖੇ ਵੇਲੇ ਢੋਲੇ ਦਾ ਜੀ ਮੈਂ ਨੋਟ ਕਰ ਰਿਹਾ ਕਿਸੇ ਦੇ ਆਇਲੈਸ ਦੇ ਵਿੱਚ ਨੰਬਰ ਘਟਾਉਂਦੇ ਬੱਚਾ ਮਰ ਜਾਂਦਾ ਹੈ ਹਾਂਜੀ ਸੁਸਾਇਡ ਕਰ ਲੈਂਦਾ ਬੱਚਾ ਭਰਤੀ ਨਹੀਂ ਹੋ ਰਿਹਾ ਸੁਸਾਇਡ ਕਰ ਲੈਂਦਾ ਜੀ ਇਹ ਪਰਸੈਂਟੇਜ ਨਹੀਂ ਬਣ ਰਹੀ ਉਹਨਾਂ ਸ ਕੋਈ ਕਾਰੋਬਾਰੀ ਆ ਲਾਸ ਤੇ ਜਾ ਰਿਹਾ ਉਹ ਆਪਣਾ ਪਰਿਵਾਰ ਖਤਮ ਕਰ ਰਿਹਾ ਹੈ ਜੀ ਨਹਿਰਾਂ ਚ ਛਾਲ ਮਾਰੀ ਜਾ ਰਹੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਾਡੇ ਵਾਸਤੇ ਸਮਾਜਿਕ ਪੱਖ ਤੋਂ ਇਹ ਬਹੁਤ ਚਿੰਤਾ ਕਰਨ ਵਾਲੀਆਂ ਗੱਲਾਂ ਨੇ ਇਹਦੇ ਤੇ ਚਿੰਤਨ ਵੀ ਹੋਣਾ ਚਾਹੀਦਾ ਤੇ ਇਹਦੇ ਤੇ ਕੰਮ ਵੀ ਹੋਣਾ ਚਾਹੀਦਾ ਕੰਮ ਹੋਣਾ ਜ਼ਰੂਰੀ ਹੈ ਜੀ ਜੀ ਨਾ ਪਾਣੀ ਨਕਤੀਕਰ ਧੰਨਵਾਦ ਕੰਟਰੀਬਿਊਟ ਕੀਤਾ ਤੇ ਨਾਲ ਹੀ ਇਹ ਕਹਿੰਦੇ ਮਿੰਟੂ ਜੀ ਕਹਿੰਦੇ ਕਿ ਬਾਈ ਸੀਐਮ ਸਾਹਿਬ ਨੂੰ ਪੁੱਛੋ ਵੀ ਤੁਸੀਂ ਇਹ ਕੀ ਕਾਨੂੰਨ ਬਣਾ ਲੈ ਸਿੱਧੀ ਗੋਲੀ ਵਾਲਾ ਕਹਿੰਦੇ ਕਿ ਕੋਈ ਕੋਈ ਪ੍ਰੋਟੈਕਸ਼ਨ ਦੇ ਲਈ ਸਿੱਧੀ ਗੋਲੀ ਤਾਂ ਵਜਦੀ ਨਹੀਂ ਇਹ ਪੈਪਰ ਸਪਰੇਅ ਕਹਿ ਰਿਹਾ ਇਸ ਤਰ੍ਹਾਂ ਨਹੀਂ ਨਹੀਂ ਇੱਥੇ ਆਪਣੇ ਉਹ ਕਿੱਥੇ ਚੀਜ਼ਾਂ ਇਸਤੇਮਾਲ ਕਰਦੇ ਜਿਆ ਗ੍ਰੈਂਟ ਗਨ ਕਿੰਨੀ ਆਉਂਦੀ ਸਾਡੇ ਇੱਥੇ ਨਹੀਂ ਜੀ ਸਾਡੇ ਇੱਥੇ ਨਹੀਂ ਚਲਦੀਆਂ ਤੁਸੀਂ ਸ਼ਾਇਦ ਬਾਹਰ ਰਹਿੰਦੇ ਹੋਣੇ ਆ ਇਹਨਾਂ ਨੇ ਉੱਥੇ ਵੇਖੀ ਆਣੀਆਂ ਚੀਜ਼ਾਂ ਸਾਡੇ ਇੱਥੇ ਕੱਖ ਵੀ ਨਹੀਂ ਹੈਗਾ ਨਾ ਕੋਈ ਹਾਂਜੀ ਕੱਖ ਵੀ ਨਹੀਂ ਹੈਗਾ ਤੁਹਾਨੂੰ ਯਾਦ ਹੋਵੇਗਾ ਦਿੱਲੀ 'ਚ ਇੱਕ ਸਿੱਖ ਆਟੋ ਡਰਾਈਵਰ ਦੀ ਬੜੀ ਕੁੱਟਮਾਰ ਕੀਤੀ ਗਈ ਸੀਗੀ ਉਹ ਹਿੰਸਕ ਹੋ ਗਿਆ ਮਤਲਬ ਕਿ ਤੁਹਾਨੂੰ ਪਤਾ ਹੀ ਆ ਯਾ ਤਾਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਸੀਗਾ ਕਾਫੀ ਮਜਬੂਤ ਕਦ ਕਾਠੀ ਦੈ ਸੀਗੀ ਤਾਂ ਮੈਂ ਉਹ ਉਦੋਂ ਭਾਈ ਸਾਹਿਬ ਵਾਲੀ ਗੱਲ ਕਹੀ ਸੀ ਕਿ ਸਾਡੀ ਪੁਲਿਸ ਕੋਲ ਇਹ ਚੀਜ਼ਾਂ ਅੱਜ ਦੇ ਦੌਰ ਚ ਹੋਣੀਆਂ ਚਾਹੀਦੀਆਂ ਜੀ ਵਾਇਲੈਂਟ ਕੋਈ ਵੀ ਹੋ ਸਕਦਾ ਹੈ ਠੀਕ ਹੈ ਨਾ ਜੀ ਆਮ ਬੰਦਾ ਕ੍ਰਿਮੀਨਲ ਦੀ ਨਹੀਂ ਗੱਲ ਕਰ ਰਹੇ ਆਪਾਂ ਕਿ ਕਈ ਵਾਰ ਆਪਾਂ ਤੁਰੇ ਜਾਂਦੇ ਕਿ ਬਹਿਸ ਹੁੰਦੀ ਪੁਲਿਸ ਦੇ ਨਾਲ ਤੇ ਕੋਈ ਮਤਲਬ ਕਿ ਬਹੁਤ ਜ਼ਿਆਦਾ ਹਾਈਪਰ ਹੋ ਕੇ ਗੁੱਸੇ ਚ ਆ ਕੇ ਕਾਲਾ ਕੱਢਣ ਲੱਗ ਜਾਂਦਾ ਗਲ ਪੈਨ ਤੱਕ ਜਾਂਦਾ ਜੀ ਤਾਂ ਜ਼ਰੂਰੀ ਨਹੀਂ ਕਿ ਪਹਿਲਾ ਅਟੈਕ ਗੋਲੀ ਹੋਵੇ ਆਪਦੇ ਬਚਾਅ ਵਾਸਤੇ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਕੋਲ ਯੰਤਰ ਹੋਣੇ ਚਾਹੀਦੇ ਅੱਜ ਦੇ ਦੌਰ 'ਚ ਹਾਂਜੀ ਹਾਂਜੀ ਉਹ ਲਾਜ਼ਮੀ ਚੀਜ਼ਾਂ ਪਰ ਇੱਥੇ ਗੋਲੀ ਦਾ ਜਵਾਬ ਗੋਲੀ ਆ yogi dityanath ਨੇ ਜਿੱਤ ਕੇ ਇਹੋ ਗੱਲ ਕਹੀ ਸੀਗੀ ਜੀ ਉਹਨੇ ਕਿਹਾ ਕਿ ਜੇ ਬਦੂਕ 'ਚੋਂ ਗੋਲੀ ਨਿਕਲੇਗੀ ਤਾਂ ਉਹਦਾ ਜਵਾਬ ਬਦੂਕ 'ਚੋਂ ਨਿਕਲੀ ਗੋਲੀ ਦੇਵੇਗੀ ਹਾਂਜੀ ਤਾਂ ਬਿਲਕੁਲ ਉਸੇ ਤਰਜ਼ੀ ਅਮਲ ਤੇ ਇਹਨਾਂ ਦਾ ਵੀ ਸਟੇਟਮੈਂਟ ਹੈ ਕਿ ਜੇ ਸਾਡੇ ਤੇ ਗੋਲੀ ਚਲਾਓਗੇ ਅਸੀਂ ਤੁਹਾਨੂੰ ਅੱਗੋਂ ਕੋਈ ਇਹ ਨਹੀਂ ਹੈ ਕਿ ਨਮਸਕਾਰ ਕਰਾਂਗੇ ਅਸੀਂ ਵੀ ਗੋਲੀ ਮਾਰਾਂਗੇ ਜੀ ਇਹ ਸਾਫ ਹੈ ਕਿ ਮਤਲਬ ਇਹਨਾਂ ਦੀ ਪਲੈਨਿੰਗ ਜਿਹੜੀ ਆ ਇਹਨਾਂ ਦੀ ਜਿਹੜੀ ਕਹ ਲੋ ਕਿ ਰਣਨੀਤੀ ਹੈ ਇਸ ਵੇਲੇ ਬਿਲਕੁਲ ਉਸ ਮੀਟਿੰਗ ਤੋਂ ਬਾਅਦ ਤੇ ਆਪਾਂ ਨੂੰ ਸਾਫ ਦਿਖਾਈ ਦੇ ਰਹੀ ਹੈ ਕਿ ਇਹ ਸਖਤੀ ਕਰਨ ਦੇ ਰੌਂਚ ਨੇ ਉਹ ਗਾਂ ਜਾ ਕੇ ਕਿੰਨੀ ਕੋ ਜਾਇਜ਼ ਹੈ ਕਿੰਨੀ ਕੋ ਨਜਾਇਜ਼ ਨਤੀਜੇ ਤਾਂ ਕਰੂ ਕਿ